जब पहली बार मैं आया 54 ਦੇ ਵਿੱਚ ਉਸ ਵੇਲੇ ਮੈਂ ਪਹਿਲਾ ਕੰਮ 4.5 ਸ਼ਿਲਿੰਗ ਘੰਟੇ ਤੇ ਕੀਤਾ ਉਹ 4.5 ਸ਼ਿਲਿੰਗ 45 ਸੈਂਟਾਂ ਬਣਦੀਆਂ ਮੇਰਾ ਨਾਮ ਹੈਗਾ ਹਰਕਿਸ਼ਨ ਸਿੰਘ ਕੰਮ ਕਰਕੇ ਸਾਨੂੰ ਜਾਣਦੇ ਆ ਕਰ ਫੈਮਲੀ ਨੇ ਤੇ ਮੈਂ ਆਇਆ 1954 ਦੇ ਵਿੱਚ ਅਕਤੂਬਰ 1954 ਇਟਸ ਦਾ ਫਸਟ ਟਾਈਮ ਆਈ ਹੈਵ ਇਨ ਓਕਲੈਂਡ ਸੋ ਮੇਰੇ ਡੈਡ ਹੁਣੀ 1919 ਦੇ ਵਿੱਚ ਆਏ ਸੀ ਅਤੇ ਉਸ ਤੋਂ ਬਾਅਦ ਥੋੜ੍ਹੇ ਬਹੁਤ ਜਾਂਦੇ ਵੀ ਰਹੇ ਆ 1926 'ਚ ਪਹਿਲੀ ਵਾਰ ਗਏ ਸੀ ਅਤੇ ਅੱਗੇ ਵਿਆਹ ਕਰਾਇਆ ਅਤੇ ਉਸ ਤੋਂ ਬਾਅਦ 1928 ਦੇ ਵਿੱਚ ਆਏ ਸੀ ਸਲੰਪ ਹੋਣ ਕਰਕੇ ਫਿਰ ਮੁੜ ਕੇ ਵਾਪਸ ਚਲੇ ਗਏ ਬਾਅਦ ਦੇ ਵਿੱਚ ਫਿਰ ਉਹ ਆਏ 1928 ਦੇ ਵਿੱਚ ਅਤੇ 1949 ਦੇ ਵਿੱਚ ਮੇਰਾ ਬਿਗ ਬ੍ਰਦਰ ਬੜਾ ਬ੍ਰਦਰ ਸੀ ਉਹ ਆਏ ਸੀ ਉਸ ਤੋਂ ਬਾਅਦ ਅਸੀਂ 1954 ਸਾਰੀ ਫੈਮਿਲੀ ਇਕੱਠੀ ਹੋ ਕੇ ਆਏ ਸੀ ਅਤੇ ਅਸੀਂ ਪਹਿਲਾਂ ਆਏ ਹਾਂ ਅਸੀਂ ਕੰਟਰੀ ਡੈਵਰਾਂ ਦੇ ਕੋਲ ਫਾਰਮ ਸੀ ਸ਼ੀਪ ਐਂਡ ਕੈਟਲ ਦਾ ਅਤੇ ਉੱਥੇ ਅਸੀਂ ਰਾਜ ਹੋਏ ਹਾਂ ਅਤੇ ਉਸ ਤੋਂ ਬਾਅਦ 60 ਦੇ ਵਿੱਚ ਫਿਰ ਉਹ ਫਾਰਮ ਵੇਚ ਦਿੱਤਾ ਅਤੇ ਉਹ ਤੋਂ ਬਾਅਦ ਅਸੀਂ ਮੂਵ ਹੋ ਗਏ ਨਾਥੀਏ ਡੇਰੀ ਫਾਰਮ ਲਾਇਆ ਇਸੇ ਤਰ੍ਹਾਂ ਉੱਥੇ 72 ਦੇ ਵਿੱਚ ਡੈਡ ਉਹਨਾਂ ਦੀ ਡੈਥ ਹੋ ਗਈ ਅਤੇ ਉਹ ਵੇਚਣਾ ਪਿਆ ਅਤੇ ਸਾਨੂੰ ਅਸੀਂ ਚਾਕੂ ਰੋਡ 'ਤੇ ਫਾਰਮ ਲਿਆ ਉਹਨਾਂ ਦੀ ਫਾਰਮ ਚਾਕੂ ਰੋਡ 2 ਸਾਲ ਹੋ ਗਏ ਆਪਣੇ ਕੀਤਾ ਅਤੇ ਹੁਣ ਅਸੀਂ ਇੱਥੇ ਹਾਂ ਇਹ ਸਾਡੀ ਹਿਸਟਰੀ ਆ ਅਤੇ ਬਾਕੀ ਇਸ ਵੇਲੇ ਗੁਰਦੁਆਰੇ ਦੀ ਗੱਲ ਆ ਦਰਅਸਲ ਗੁਰਦੁਆਰਾ ਵੈਸੇ ਤਾਂ ਦੇਣ ਹੈਗਾ ਇੰਡੀਅਨ ਐਸੋਸੀਏਸ਼ਨ ਦਾ ਕਿਉਂਕਿ ਇੰਡੀਅਨ ਐਸੋਸੀਏਸ਼ਨ ਪੁਰਾਣੀ ਇੱਕ ਐਸੋਸੀਏਸ਼ਨ ਸੀਗੀ ਅਤੇ ਸਭ ਤੋਂ ਪਹਿਲੀ ਨਿਊਜ਼ੀਲੈਂਡ ਦੇ ਵਿੱਚ ਇੰਡੀਅਨ ਐਸੋਸੀਏਸ਼ਨ ਹੀ ਇਹ ਸੀਗੀ ਜਿਹੜੀ ਕਿ ਕੰਟਰੀ ਜਿਹੜੀ ਕਿ ਪੰਜਾਬੀਆਂ ਨੇ ਬਣਾਈ ਸੀ ਔਰ ਉਸ ਤੋਂ ਬਾਅਦ ਮਤਲਬ ਔਕਲੈਂਡ ਆਇਆ ਤਾਂ ਸੋਚਿਆ ਵੀ ਔਕਲੈਂਡ ਨੇ ਬਣਾਈ ਫਿਰ ਵਲਿੰਗਟਨ ਨੇ ਬਣਾਈ ਔਰ ਉਸ ਤੋਂ ਬਾਅਦ ਫਿਰ ਸੈਂਟਰ ਬਣਾਈ ਅਤੇ ਹੁਣ ਤਾਂ ਸੈਂਟਰ ਦੀਆਂ ਵੀ ਮੇਰੇ ਕੋਲ 12 ਬ੍ਰਾਂਚਾਂ ਹੋਈਆਂ ਆ ਅਤੇ ਦਰਅਸਲ ਪਹਿਲਾਂ ਪੰਜਾਬੀਆਂ ਦੀ ਪਹਿਲਾਂ ਇਹ ਇੰਡੀਅਨ ਐਸੋਸੀਏਸ਼ਨ ਸੀ ਅਤੇ ਟੈਮਰਾ ਨੂੰ ਵੀ ਤਾਂ ਸਟਾਰਟ ਹੋਈ ਸੀ ਉਸ ਤੋਂ ਬਾਅਦ ਇਹ ਇੰਡੀਅਨ ਐਸੋਸੀਏਸ਼ਨ ਨੇ ਜਿਹੜੇ ਮੈਂਬਰ ਸੀਗੇ ਇਹਨੇ ਡਿਸਾਈਡ ਕੀਤਾ ਵੀ ਸਾਨੂੰ ਕੋਈ ਧਾਰਮਿਕ ਚੀਜ਼ ਚਾਹੀਦੀ ਹੈ ਧਾਰਮਿਕ ਬਣਾਉਣ ਦਾ ਮਸਲਾ ਇਹ ਸੀ ਕਿ ਗਾਹਾਂ ਜਿਹੜੀਆਂ ਫੈਮਿਲੀਆਂ ਹੋਣਗੀਆਂ ਜਿਹੜੇ ਬੱਚੇ ਆਪਣੇ ਕਿਉਂਕਿ ਉਹ ਫਿਰ ਗੋਰਿਆਂ ਦੇ ਨਾਲ ਮਿਕਸ ਨਾ ਹੋਣ ਤਾਂ ਕਰਕੇ ਫਿਰ ਅਸੀਂ ਇਸ ਤਰ੍ਹਾਂ ਕੀਤੀ ਸੀ ਬਈ ਆਪਣੀ ਕਮਿਊਨਿਟੀ ਇਕੱਠੀ ਇਹ ਵੀ ਰਹੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਰਹਿਣ ਅਤੇ ਤਾਂ ਗੁਰਦੁਆਰਾ ਸਾਹਿਬ ਆਉਣ ਦੀ ਕੋਸ਼ਿਸ਼ ਕੀਤੀ ਅਤੇ 68 ਦੇ ਵਿੱਚ ਉਸ ਵੇਲੇ ਨਹੀਂ ਡੈਵਿਡ ਜਿਹੜੇ ਪ੍ਰੈਜੀਡੈਂਟ ਸੀਗੇ ਅਤੇ ਕਮਿਊਨਿਟੀ ਸਾਡੀ ਕਾਫੀ ਮਤਲਬ ਜਿਹੜੇ ਪਿਆਰਾ ਸਰਦਾਰ ਪਿਆਰਾ ਸਿੰਘ ਬੋਲਦੇ ਡੈਡ ਅਜੀਤ ਸਿੰਘ ਦੇ ਡੈਡ ਸਰਦਾਰ ਹਰਵਾਲ ਸਿੰਘ ਕਰਮ ਸਿੰਘ ਬਾਸੀ ਗੁਰਜਨ ਸਿੰਘ ਬਾਸੀ ਹੋਰ ਕਾਫੀ ਤਾਂ ਮਤਲਬ ਕਮਿਊਨਿਟੀ ਦੇ ਬੰਦੇ ਸੀਗੇ ਜਿਹੜੇ ਇਸ ਚੀਜ਼ ਦੇ ਹਾਮੀ ਸੀਗੇ ਤਾਂ ਵਿੱਚ ਨਾ ਹਾਮੀ ਵਾਲੇ ਵੀ ਸੀਗੇ ਵਿੱਚ ਲੇਕਿਨ ਉਹ ਹਮੇਸ਼ਾ ਹੀ ਪੰਜਾਬੀਆਂ ਦੇ ਹੁੰਦਾ ਹੀ ਆ ਵੀ ਓਪੋਜੀਸ਼ਨ ਜਿਹੜੀ ਹੁੰਦੀ ਆ ਲੇਕਿਨ ਇਹ ਸਕਸੈਸ ਹੋ ਗਈ 68 ਦੇ ਵਿੱਚ ਸੈਕਸ਼ਨ ਵੀ ਲੈ ਲਿਆ ਸੈਕਸ਼ਨ ਲੈ ਕੇ ਤਾਂ ਫਿਰ 72 ਦੇ ਵਿੱਚ 76 ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਲਿਆ ਇਹ ਪਹਿਲਾਂ ਬਣਾਇਆ ਸੀ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਿੱਖ ਸੁਸਾਇਟੀ ਸੀ ਇਹਨਾਂ ਨੇ ਬ੍ਰਾਂਚ ਬਣਾਈ ਸੀ ਉੱਥੇ ਉਟਾਹੂ ਗੁਰਦੁਆਰਾ ਸਾਹਿਬ ਉਹ 10 ਸਾਲ ਬਾਅਦ ਉੱਥੇ ਬਣਾਇਆ ਸੀ ਹਾਂ ਉਹ ਮਕਲੌਡ ਨਹੀਂ ਤਾਂ ਦਰਅਸਲ ਉਹ 2 ਦਫ਼ਾ ਤਾਂ ਸਾਡੇ ਘਰ ਆਏ ਸੀ ਮਕਲੌਡ ਆਪਣੇ ਸੰਤੋਖ ਸਿੰਘ ਭੁੱਲਰ ਉਹ ਸਾਡੇ ਉੱਥੇ ਘਰ ਆ ਚੁੱਕੇ ਆ ਦੋ ਵਾਰੀ ਤਾਂ ਉਹਨੇ ਕਾਫੀ ਮਤਲਬ ਇਨਫੋਰਮੇਸ਼ਨ ਕਾਫੀ ਉਹਨੇ ਲਈ ਆ ਕਈ ਪਿੰਡਾਂ ਦਾ ਉਹਨਾਂ ਨੂੰ ਪਤਾ ਨਾ ਸੀ ਵੀ ਪਿੰਡਾਂ ਦੇ ਬਾਰੇ ਵੀ ਕਿਹੜਾ ਕਿਹੜਾ ਬੰਦਾ ਮਤਲਬ ਜਿਹੜੇ ਮੈਂਬਰ ਪੁਰਾਣੇ ਸੀਗੇ ਉਹ ਕਿਹੜੇ ਕਿਹੜੇ ਪਿੰਡ ਤੋਂ ਸੀ ਇੱਦਾਂ ਕਰਕੇ ਮੈਨੂੰ ਮੋਸਟਲੀ ਪਤਾ ਸੀਗਾ ਪਿੰਡਾਂ ਦਾ ਕਿ ਕਿਹੜੇ ਕਿਹੜੇ ਪਿੰਡ ਤੋਂ ਕਿਹੜਾ ਕਿਹੜਾ ਬੰਦਾ ਆਇਆ ਅਤੇ ਪਤਾ ਇਸੇ ਕਰਕੇ ਸੀਗੇ ਕਿਉਂਕਿ ਮੈਂ ਜਦ ਵੀ ਮੈਂ ਆਇਆ ਇੱਥੇ 54 ਦੇ ਵਿੱਚ 56 ਦੇ ਵਿੱਚ ਮੈਨੂੰ ਇੰਡੀਅਨ ਐਸੋਸੀਏਸ਼ਨ ਦਾ ਖਜ਼ਾਨਚੀ ਬਣਾ ਦਿੱਤਾ ਉਸ ਤੋਂ ਖਜ਼ਾਨਚੀ ਬਣ ਕਰਕੇ ਮੈਨੂੰ ਮੋਸਟਲੀ ਮੈਂਬਰਾਂ ਦਾ
ਬਾਈ ਨੇਮ ਦਾ ਪਤਾ ਸੀ ਤੇ ਬਾਈ ਪਿੰਡਾਂ ਦਾ ਵੀ ਪਤਾ ਸੀ ਕਿਹੜੇ ਪਿੰਡ ਤੋਂ ਸੀ। ਇਸ ਕਰਕੇ ਉਹ ਕਈ ਇਨਫੋਰਮੇਸ਼ਨਾਂ ਮੇਰੇ ਤੇ ਉਹ ਉਸ ਫੀਲਡ ਵਿੱਚ ਦੇ ਗਿਆ।